ਹੋਟਲ 'ਚ ਕੰਮ ਕਰਨ ਵਾਲੇ ਇੱਕ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸਨੂੰ ਨੰਗਾ ਕਰਕੇ ਕੁੱਟਿਆ ਗਿਆ ਹੈ। ਤਾਂ ਹੋਟਲ ਦੇ ਅੰਦਰ ਹੀ ਦੱਸ ਦਈਏ ਕਿ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਘਟਨਾ CCTV ਦੇ ਵਿੱਚ ਵੀ ਕੈਦ ਹੋਈ ਹੈ। ਦਰਅਸਲ ਜਾਣਕਾਰੀ ਅਨੁਸਾਰ ਜੋ ਜ਼ਖਮੀ ਹੋਇਆ ਨੌਜਵਾਨ ਹੈ, ਉਸਦਾ ਕਹਿਣਾ ਹੈ ਕਿ ਪਹਿਲਾਂ ਤਾਂ ਉਸਨੂੰ ਕਮਰੇ ਦੇ ਵਿੱਚ ਬੁਲਾਇਆ ਜਾਂਦਾ, ਉਸ ਤੋਂ ਫੋਨ ਖੋਇਆ ਜਾਂਦਾ ਤੇ ਉਸਨੂੰ ਕੱਪੜੇ ਉਤਾਰਨ ਦੇ ਲਈ ਕਿਹਾ ਜਾਂਦਾ। ਪਰ ਜਦੋਂ ਉਹ ਅਜਿਹਾ ਨਹੀਂ ਕਰਦਾ ਤਾਂ ਲਾਠੀ ਡੰਡਿਆਂ ਦੇ ਨਾਲ 3 ਤੋਂ 4 ਬਦਮਾਸ਼ਾਂ ਦੇ ਵੱਲੋਂ ਉਸ 'ਤੇ ਹਮਲਾ ਕਰ ਦਿੱਤਾ ਜਾਂਦਾ। ਹਾਲਾਂਕਿ ਜਦੋਂ ਭੱਜ ਕੇ ਉਸਨੇ ਦੂਸਰੇ ਕਮਰੇ ਦੇ ਵਿੱਚ ਆਪਣੀ ਜਾਨ ਬਚਾਈ ਤਾਂ ਉਸ ਤੋਂ ਬਾਅਦ ਜੋ ਬਦਮਾਸ਼ ਨੇ ਉਹਨਾਂ ਨੇ ਉਸਦਾ ਦਰਵਾਜ਼ਾ ਤੱਕ ਤੋੜ ਦਿੱਤਾ। ਤਾਂ ਇਸ ਦੀ CCTV ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ 3 ਤੋਂ 4 ਬਦਮਾਸ਼ ਦਰਵਾਜ਼ੇ ਨੂੰ ਭੰਨਦੇ ਹੋਏ ਨਜ਼ਰ ਆ ਰਹੇ ਨੇ। ਹਾਲਾਂਕਿ ਜਿਵੇਂ ਹੀ ਦਰਵਾਜ਼ਾ ਖੁੱਲ੍ਹਦਾ ਹੈ ਤਾਂ ਅੰਦਰੋਂ ਦੀ ਨੌਜਵਾਨ ਨੂੰ ਲਿਆਇਆ ਜਾਂਦਾ ਹੈ ਅਤੇ ਕਿਹਾ ਜਾ ਰਿਹਾ ਕਿ ਜਦੋਂ ਇਹ ਨੌਜਵਾਨ ਨੂੰ ਅੰਦਰੋਂ ਕੱਢਿਆ ਗਿਆ ਤਾਂ ਉਸ ਸਮੇਂ ਇਹ ਬਿਲਕੁਲ ਨੰਗਾ ਸੀ, ਇਸ ਦੇ ਉੱਤੇ ਇੱਕ ਵੀ ਕੱਪੜਾ ਨਹੀਂ ਸੀ ਪਾਇਆ ਹੋਇਆ। ਤਾਂ ਦੱਸ ਦਈਏ ਕਿ ਬਦਮਾਸ਼ਾਂ ਨੇ ਸ਼ਰੇਆਮ ਗੁੰਡਾਗਰਦੀ ਕੀਤੀ ਹੈ ਹੋਟਲ ਦੇ ਅੰਦਰ ਵੜ ਕੇ ਅਤੇ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਮੈਨੂੰ ਰਾਤ ਦੇ 3 ਵਜੇ ਮੈਂ ਬੈਠਾ ਸੀ ਬਾਹਰ ਚਾਹ ਪੀ ਕੇ ਹੋਟਲ ਦੇ ਬਾਹਰ, ਅਤੇ ਮੈਨੂੰ ਅੰਦਰ ਬੁਲਾਇਆ ਗਿਆ। ਮੈਂ ਸੀਗਾ ਅਤੇ ਪ੍ਰੀਤ ਦੇ ਘਰ ਵਾਲਾ ਸੀ ਨਾਲ ਹੋਟਲ ਵਾਲੇ, ਤਾਂ ਮੈਨੂੰ ਆਪਣੇ ਹੋਟਲ ਦੇ ਅੰਦਰ ਬੁਲਾਇਆ ਗਿਆ ਸੀਗਾ। ਕਿਹੜਾ ਹੋਟਲ? ਗਿੰਨੀ 'ਚ ਜੀ। ਮੈਨੂੰ ਅੰਦਰ ਬੁਲਾਇਆ, ਮੈਨੂੰ ਨਹੀਂ ਪਤਾ ਜਿੰਨਾ ਨਾਲ 3-4 ਮੁੰਡੇ ਵੀ ਹੈਗੇ ਨੇ, ਪਰ ਮੈਨੂੰ ਅੰਦਰ ਕਹਿੰਦੇ ਬੁਲਾਇਆ। ਮੈਂ ਕਿਹਾ ਹਾਂਜੀ, ਕਹਿੰਦੇ ਅੰਦਰ ਆ। ਮੈਂ ਕਿਹਾ ਆਇਆ ਜੀ। ਮੈਂ ਰੂਮ 'ਚ ਬੁਲਾਇਆ, ਉਹਨਾਂ ਨੇ ਮੈਨੂੰ ਕਹਿੰਦੇ ਫੋਨ ਦੇ। ਮੈਂ ਕਿਹਾ ਕੀ ਗੱਲ ਹੋ ਗਈ? ਕਹਿੰਦੇ ਫੋਨ ਦੇ, ਮੈਂ ਦੇਤਾ। ਮੈਨੂੰ ਕਹਿੰਦੇ ਕੱਪੜੇ ਲਾ। ਮੈਂ ਕਿਹਾ ਕੀ ਗੱਲ ਹੋ ਗਈ, ਮੈਨੂੰ ਗੱਲ ਤਾਂ ਦੱਸੋ ਗੱਲ ਕੀ ਹੈ। ਕੱਪੜੇ ਮੈਂ ਉਤਾਰੇ ਨਹੀਂ, ਉਹਨਾਂ ਨੇ ਮੈਨੂੰ ਸਾਰਿਆਂ ਨੇ ਕੁੱਟਣ ਲੱਗ ਗਏ, ਮੇਰੇ ਕੱਪੜੇ ਲਾਏ ਤੇ। ਮੈਂ ਧੱਕਾ ਛੱਡਣ ਲੱਗ ਗਿਆ। ਮੈਂ ਕਿਹਾ ਗੱਲ ਤਾਂ ਦੱਸੋ ਗੱਲ ਕੀ ਹੋਈ ਹੈ। ਮੈਨੂੰ ਬੇਸਬਾਲ ਮਾਰੇ ਸਾਰੇ ਹੱਥਾਂ ਪੈਰਾਂ 'ਤੇ ਦੇਖਿਆ। ਫਿਰ ਮੈਨੂੰ ਡੰਡਾ ਸੀਗਾ ਮੇਰੇ ਉਹਨਾਂ ਕੋਲ, ਡੰਡਾ ਲੈ ਕੇ ਮੇਰੇ ਨਾਲ ਬੈਕ ਸਾਈਡ 'ਤੇ ਮੇਰੇ ਨਾਲ ਇੱਦਾਂ ਦੇ ਕਵਿਤਾ ਕਰਦੇ ਸੀ, ਤੇਲ ਲਾ ਕੇ 3-4 ਜਣੇ। ਠੀਕ ਹੈ ਜੀ, ਮੇਰੇ ਨਾਲ ਗਲੇ 'ਤੇ ਲਾਈ ਚੁੰਨੀ ਵੀ ਬੰਨੀ, ਚੁੰਨੀ ਨਾਲ ਮੈਂ ਧਾ ਕੇ ਪਾਣੀ ਉਠਾਈ। ਉਹਨੂੰ ਫਾਂਸੀ ਲਾਉਣ ਦੀ ਸੋਚ ਰਹੇ ਸੀਗੇ। ਫਿਰ ਮੈਂ ਕਿਹਾ ਮੈਨੂੰ ਗੱਲ ਤਾਂ ਦੱਸੋ, ਗੱਲ ਕੀ ਹੈਗੀ, ਗੱਲ ਨਹੀਂ ਦੱਸ ਰਹੇ। ਕੌਣ ਲੋਕ ਸੀਗੇ, ਉਹਨਾਂ ਦਾ ਨਾਮ ਕੁਛ ਪਹਿਚਾਣਦੇ ਹੋ ਤੁਸੀਂ? ਹਾਂਜੀ ਹਾਂਜੀ। ਹਾਂ, ਕੌਣ ਲੋਕ ਸੀ? ਜੱਟ ਹੈਗਾ ਸੀਗਾ ਜੀ, ਫਰੀਦ ਦੇ ਘਰ ਵਾਲਾ। ਸੰਨੀ ਸੀਗਾ, ਮੋਹਿਤ ਸੀਗਾ, ਅਮਨ ਸੀਗਾ, ਮੋਨੂ ਸੀ, ਇੱਕ ਸੋਨੂ ਨਾਮ ਦਾ ਮੁੰਡਾ ਸੀ। ਉਸ ਉੱਚਾ ਭਾਈ ਜੀ ਵਜੋਂ ਜਿਹੜਾ ਜੱਟੀ ਵਿਅਕਤੀ ਹੈ, ਆਕਾਸ਼ ਗਾਂਧੀ, ਪੁੱਤਰ ਸੁੰਦਰ ਕੁਮਾਰ ਗਾਂਧੀ, ਇਹਦਾ ਆਵਾਸੀ ਬੋਹਰ ਹੈ, ਹਾਲ ਵਾਸੀ ਗਿੰਨੀ ਹੋਟਲ 'ਚ ਰਹਿ ਰਿਹਾ ਜੀ। ਇਹਦੀ ਆਪਾਂ ਸਟੇਟਮੈਂਟ ਲੈ ਰਹੇ ਹਾਂ। ਸਟੇਟਮੈਂਟ ਲੈਣ ਤੋਂ ਬਾਅਦ ਜੋ ਬਣਦੀ ਕਾਰਵਾਈ, ਡਾਕਟਰ ਦੀ ਸਲਾਹ ਨਾਲ ਕਾਰਵਾਈ ਕਰ ਰਹੇ ਜੀ ਆਪਾਂ। ਪੁਲਿਸ਼ ਨੂੰ ਪੜ ਰਹੇ ਜੀ ਆਪਾਂ। ਬੇਸਿਕਲੀ ਮਾਮਲਾ ਹੋਇਆ ਕੀ ਸੀ? ਇਹਨੂੰ ਆਪਸੀ ਝਗੜਾ ਦੱਸ ਰਹੇ ਨੇ ਹਾਲੇ ਤਾਂ, ਅਤੇ ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਜੀ ਆਪਾਂ। ਇਹਨੂੰ ਜੋ ਵੀ ਹੋਊਗਾ ਤੁਹਾਨੂੰ ਜ਼ਰੂਰ ਦੱਸਾਂਗੇ।